ਇੰਟਰਨੈਸ਼ਨਲ ਪੰਥਕ ਦਲ ਦੀ ਅਪੀਲ ਤੇ ਪਿੰਡ ਖਜ਼ਾਨੇ ਕੋਟ ਦੀਆਂ ਸੰਗਤਾਂ NRI ਦੇ ਸਹਿਯੋਗ ਨਾਲ ਭੇਜੀ ਸਹਾਇਤਾ ਨਾਲ ਹੜ੍ਹ ਪੀੜਤਾਂ ਲਈ ਦਵਾਈਆਂ ਅਤੇ ਰਾਸ਼ਨ ਲੈ ਕੇ ਪਹੁੰਚੇ। ਇੱਥੇ ਵਰਣਨਯੋਗ ਹੈ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਬਾਨੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਲੋਹੀਆ ਇਲਾਕੇ ਵਿੱਚ ਆਏ ਹੜ੍ਹ ਨਾਲ ਮੰਡ ਏਰੀਏ ਵਿੱਚ ਹੋਈ ਭਾਰੀ ਤਬਾਹੀ ਤੋਂ ਬਾਅਦ ਹੜ੍ਹ ਚ ਘਿਰੇ ਵਿਅਕਤੀਆਂ ਦੀ ਖਰਾਬ ਹੋਈ ਹਾਲਤ ਨੂੰ ਸੁਧਾਰਨ ਲਈ ਮਰਾਜਵਾਲਾ ਵਿਖੇ ਵੀ ਉਹਨਾਂ ਨੇ 1 ਮਹੀਨੇ ਲਈ ਕੈਂਪ ਲਗਾਇਆ ਤੇ ਹੋਰ ਵੀ ਪਿੰਡਾਂ ਵਿੱਚ ਮਹਾਂ ਡਾਕਟਰੀ ਟੀਮ ਵੱਲੋਂ ਵਿਅਕਤੀਆਂ ਦਾ ਚੈੱਕ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਕੁਝ ਇਲਾਕਾ ਹਾੜ ਦੀ ਮਾਰ ਥੱਲੇ ਆਇਆ, ਜਿਹਦੇ ਵਿੱਚ ਲੋਹੀਆਂ, ਕਿਚੜਵਿੰਡੀ ਅਤੇ ਫਿਰੋਜ਼ਪੁਰ ਦਾ ਇਲਾਕਾ ਜਿਹੜਾ ਤਾਰਾ ਧੀਰਾ ਅਤੇ ਫਿਰੋਜ਼ਪੁਰ ਦਾ ਜਿਹੜਾ ਕਾਲੂ ਵਾਲਾ ਪਿੰਡ ਜਿਹਦਾ ਪਿੰਡੇ ਕਿੰਨੀ ਵਾਰ ਜ਼ਿਕਰ ਕੀਤਾ ਆ ਕਿ ਜਿਹਦਾ ਪੰਜਾਬ ਦੇ ਨਾਲ ਜਤਨ ਨਾਲ ਕਨੈਕਸ਼ਨ ਛੁੱਟ ਚੁੱਕਾ ਸੀ। ਇੱਥੇ ਜਿੱਥੇ ਜਿਸ ਥਾਂ 'ਤੇ ਖਲੋਤੇ ਹਾਂ, ਘੱਟ ਤੋਂ ਘੱਟ ਹੀ ਆ ਜ਼ਮੀਨ ਦੇ ਵਿੱਚ 6-6 ਫੁੱਟ ਪਾਣੀ ਖੜ੍ਹਾ ਸੀ। ਸੋ ਇਹਨਾਂ ਜਿਹੜੇ ਇੱਥੋਂ ਦੇ ਵੀਰ ਨੇ, ਇਹਨਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹਾਂ, ਅਰਦਾਸ ਨੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜੋ ਕਿ ਇਹਨਾਂ ਦੀ ਮਦਦ ਵਾਸਤੇ ਗੁਹਾਰ ਲਾਈ ਸੀ ਕਿ ਇਸ ਪਿੰਡ ਦੀ ਆਪਾਂ ਸਾਰ ਲਈਏ, ਕਿਉਂਕਿ ਇਸ ਪਿੰਡ ਦੇ ਵਿੱਚ ਅੱਜ ਤੱਕ ਮੈਂ ਪਤਾ ਕੀਤਾ ਕਿ ਕੋਈ ਵੀ ਸਰਕਾਰੀ ਪ੍ਰਸ਼ਾਸਨ ਜਿਹੜਾ ਆ ਨਹੀਂ ਪਹੁੰਚਿਆ, ਸਿਵਾਏ ਡੰਗਰਾਂ ਦੇ ਡਾਕਟਰ ਤੋਂ ਬਗੈਰ ਹੋਰ ਕੋਈ ਵੀ ਇੱਥੇ ਸਹੂਲਤ ਨਹੀਂ ਪਹੁੰਚੀ। ਸੋ ਦਾਸ ਦੀ ਬੇਨਤੀ ਕਰਨ ਦੇ ਨਾਲ ਸੰਗਤਾਂ ਨੇ ਦੂਰਾਂ ਦੂਰਾਂ ਤੋਂ ਇੱਥੇ ਸੇਵਾ ਸ਼ੁਰੂ ਕਰਨੀ ਕੀਤੀ ਹੈ। ਅੱਜ ਦੀ ਸੇਵਾ ਜਿਹੜੀ ਆ, ਜੋ ਕਿ ਪਿਛਲੇ ਦਿਨੀ ਦਾਸ ਨੇ ਜੋ ਵੀਡੀਓ ਵਾਇਰਲ ਕੀਤੀਆਂ ਸੀ ਅਖਬਾਰਾਂ ਦੀ ਮੀਡੀਆ ਦੇ ਰਾਹੀਂ, ਸਾਡੀ ਬੇਨਤੀ ਨੂੰ ਸੁਣਦੇ ਹਾਂ। ਅੱਜ ਦਾ ਪ੍ਰੋਗਰਾਮ ਜਿਹੜਾ ਇੰਟਰਨੈਸ਼ਨਲ ਪੰਥਕ ਦਲ ਨੂੰ ਬਹੁਤ ਭਾਰੀ ਸਹਿਯੋਗ ਮਿਲਿਆ ਆ। ਉਸ ਸਹਿਯੋਗ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੋਂ ਕੁਝ ਖਜ਼ਾਨੇ ਕੋਟ ਪਿੰਡ ਜਿਹੜਾ ਉੱਥੋਂ NRI ਵੀਰ ਜਿਹੜੇ ਨੇ, ਜਿਨ੍ਹਾਂ ਦੇ ਮੈਂ ਨਾਂ ਲਊਂਗਾ, ਔਰ ਪਿੰਡ ਦੇ ਸਮੁੱਚੇ ਸੱਜਣ ਜਿਹੜੇ ਆ ਜਿਨ੍ਹਾਂ ਨੇ ਸਹਾਇਤਾ ਕੀਤੀ ਆ, ਉਹਨਾਂ ਦੇ ਵਿੱਚ NRI ਵੀਰ ਪ੍ਰੇਮ ਸਿੰਘ, ਦਲਜੀਤ ਸਿੰਘ, ਗੁਰਵੰਤ ਸਿੰਘ, ਹਰਪਾਲ ਸਿੰਘ ਲਾਲੀ, ਰਣਜੀਤ ਸਿੰਘ, ਸਾਹਿਬ ਸਿੰਘ ਲੱਕੀ ਢਿੱਲੋਂ, ਸਾਰੇ ਵੀਰ USA ਤੋਂ ਨੇ, ਅਤੇ ਇਸੇ ਤਰ੍ਹਾਂ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਜੋ UK ਦੇ ਬੁਲਾਰੇ ਨੇ ਭਾਈ ਕਪਤਾਨ ਸਿੰਘ, ਉਹ ਉਹਨਾਂ ਤੋਂ ਇਲਾਵਾ ਉਹਨਾਂ ਨੇ ਵੀ ਸਹਾਇਤਾ ਭੇਜੀ ਇਸ ਸੇਵਾ ਦੇ ਵਿੱਚ। ਉਹਨਾਂ ਤੋਂ ਇਲਾਵਾ ਪਿੰਡ ਖਜ਼ਾਨੇ ਕੋਟ ਤੋਂ ਭਾਈ ਬਖਸ਼ੀਸ਼ ਸਿੰਘ, ਸੁੱਖਾ ਸਿੰਘ ਹੈਪੀ, ਇਸੇ ਤਰ੍ਹਾਂ ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਸਿਮਰ ਨੀਟਾ, ਅਮਰਵੀਰ ਸਿੰਘ, ਮਨਦੀਪ ਸਿੰਘ ਅਤੇ ਸਮੁੱਚੇ ਪਿੰਡ ਦੀ ਸਾਹ ਸੰਗਤ, ਨੌਜਵਾਨ ਵੀਰ, ਬਜ਼ੁਰਗ ਮਾਈ ਭਾਈ, ਇਸੇ ਤਰ੍ਹਾਂ ਕਪਤਾਨ ਸਿੰਘ ਗੁਰਜੰਡ ਸਿੰਘ, ਸੁਖਜੀਤ ਸਿੰਘ, ਜਗਜੀਤ ਸਿੰਘ, ਸੁਖਦਲਵਿੰਦਰ ਸਿੰਘ, NRI ਵੀਰ ਅਤੇ ਸਮੁੱਚੇ ਖਜ਼ਾਨੇ ਕੋਟ ਪਿੰਡ ਤੋਂ ਗੁਰਦਾਸਪੁਰ ਜ਼ਿਲ੍ਹਾ, ਅੱਜ ਇੱਥੇ ਦਾਸ ਦੇ ਨਾਲ ਸਹਿਯੋਗ ਕੀਤਾ, ਇੰਟਰਨੈਸ਼ਨਲ ਪੰਥਕ ਦਲ ਦੇ ਨਾਲ ਸਹਿਯੋਗ ਕਰਕੇ ਇਹਨਾਂ ਵੀਰਾਂ ਨੇ, ਕਿਉਂਕਿ ਅਸੀਂ ਗੁਹਾਰ ਲਾਈ ਸੀ ਪਿਛਲੇ ਦਿਨ ਕਿ ਜੇ ਸਾਰ ਲੈਣੀ ਹੈ ਜਿੱਥੇ ਲੋੜ ਉੱਥੇ ਤੁਸੀਂ ਰਸਤਾ ਪਹੁੰਚਾਓ, ਇਸ ਪਿੰਡ ਨੂੰ ਬਹੁਤ ਜ਼ਰੂਰਤ ਸੀ। ਇਸ ਪਿੰਡ ਦੇ ਵਿੱਚ ਕੋਈ ਅਜੇ ਤੱਕ ਸਰਕਾਰੀ ਅਮਲਾ ਨਹੀਂ ਪਹੁੰਚਿਆ, ਅਤੇ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹਾਂ। ਅੱਜ ਖਜ਼ਾਨੇ ਕੋਟ ਜ਼ਿਲ੍ਹਾ ਗੁਰਦਾਸਪੁਰ ਤੋਂ ਸੰਗਤ ਕੋਈ ਰਸਤਾ ਆਟਾ ਚੌਲ ਵਾਟਰ ਲੈ ਕੇ
ਹੋਰ ਰਸਤਾਂ ਲੈ ਕੇ ਜਿਹੜੀਆਂ ਮੱਛਰ ਤੋਂ ਜਾਲੀਆਂ ਲੈ ਕੇ ਦਵਾਈਆਂ ਜਿਹੜੀਆਂ ਆ ਬਿਸਕੁਟ ਔਰ ਦਵਾਈਆਂ ਜਿਨ੍ਹਾਂ ਵਿੱਚ ਆਡੋਮਸ ਐਲਰਜੀ ਦੀਆਂ ਦਵਾਈਆਂ ਉਹ ਲੈ ਕੇ ਹਾਜ਼ਰ ਹੋਏ ਨੇ। ਸੋ ਮੈਂ ਇਸ ਨਗਰ ਵੱਲੋਂ ਅਤੇ ਆਪਣੀ ਜਥੇਬੰਦੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜੇਤਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਆਪਣੀ ਜਥੇਬੰਦੀ ਵੱਲੋਂ ਸਮੁੱਚੇ ਨਗਰ ਵੱਲੋਂ ਇਸ ਪਿੰਡ ਖਜ਼ਾਨੇ ਕੋਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਆਸ ਕਰਦਾ ਹਾਂ ਇਸੇ ਤਰ੍ਹਾਂ ਜੇ ਆਪਣੇ ਦੇ ਕੁਦਰਤ ਆਫਤ ਆਉਂਦੀ ਆ ਇਹ ਨਗਰ ਅੱਗੇ ਤੋਂ ਵੀ ਸਾਡਾ ਇਸੇ ਤਰ੍ਹਾਂ ਸਹਿਯੋਗ ਦਿੰਦਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।